सारेगामा कारवां डिजिटल ऑडियो प्लेयर। इस तोहफे में है 5000 सुनहरे गाने और कुछ यादें। तो सब वीकेंड क्लासिक रेडियो शो बिल्कुल मिस नहीं करना। देखो हर रिलीज, चैनल नू सब्सक्राइब करो, बेल आइकन नपो ते हर एपिसोड दी नोटिफिकेशन पाओ। सत श्री अकाल, तुसी सुन रहे हो वीकेंड क्लासिक रेडियो शो सारेगामा पंजाबी यूट्यूब चैनल ते खुशबू दे नाल। आज मैं जिस आर्टिस्ट बारे गल करांगी ते जिन्हां दे कुछ इंटरेस्टिंग किस्से तुहाडे नाल सांझे करांगी, वो एक कामयाब सिंगर ही नहीं बल्कि पंजाबी म्यूजिक इंडस्ट्री विच चमकण वाला एक नगीना है जो 30 साल पहला भी आइकन सीगे ते अज भी सन। मलकीत सिंह जी हाँ, तू तक तूतियां वाले ए तां उन्हां दा ट्रेडमार्क सोंग बन गया सी। वो आप दसदे ने कि बहुत आर्टिस्ट अजे हन जो कि शायद मेरे तो भी टैलेंटेड ने पर उन्हां दा कोई गाना हिट नहीं होया या उन्हां दा नाम नहीं बनिया, पर यह गीत तां इन्हां दा तखल्लस बन गया ते नाल बहुत पहचान दवाई। पर की तुहानूं ये पता है, जदे गीत रिकॉर्ड हो रहा सी म्यूजिक डायरेक्टर नूं ये गाना पसंद ही नहीं आया, कहिंदे तू तक तूतियां ये की गल होई ते टालदे रहे, पर अखीर विच ये गाना रिकॉर्ड कर लिया गया ते वेखो ऐसे गाने ने उस एल्बम नूं हिट बना दिता। इंटरेस्टिंग ट्रिविया ये है कि इस एल्बम का नाम गिनीज बुक ऑफ वर्ल्ड रिकॉर्ड्स विच है। मैक्सिमम एल्बम सोल्ड इन 1 मंथ, बिल्कुल सिर्फ एक महीने विच 3 लाख, जी हाँ 3 लाख एल्बम्स विकियां। ते अगे भी इस रिकॉर्ड दे टुटन दी हुण कोई उम्मीद नहीं है क्योंकि तुहानू पता ही है हुण सारे गाने इत्थे रिलीज़ हुंदे ने ते नालों नाल फ्री डाउनलोड। ते फिर एल्बम किवें विके? इस गाने दे बोल भी बड़े डिफरेंट ने। किवें बनिया ये गीत? तुक्का सी या कोई कहानी? ए स्टोरी इस गीत तो बाद। पेश है तू तक तू तक तूतियां, मैं हुणे आई। तुसी सुन रहे हो वीकेंड क्लासिक रेडियो शो खुशबू दे नाल।
मैं उम्मीद करनी आ तुसी वीकेंड क्लासिक रेडियो शो दे इस एपिसोड नू एंजॉय कर रहे होगे। इस वीडियो नू जरूर लाइक करो ते अपने दोस्तां ते परिवार नाल इस एपिसोड नू शेयर करो। ओ वी ता मजे लैन ते सारे गामा पंजाबी यूट्यूब चैनल नू सब्सक्राइब करना बिल्कुल ना भुलियो। ਸਭ ਨੂੰ ਹਰਾ ਗਈ ਸਾਰੇ ਪਿੰਡ ਵਿੱਚ ਪੜ ਤੂੰ ਪਾ ਗਈ।
ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਅਸੀਂ ਗੱਲ ਕਰ ਰਹੇ ਸੀ ਮਲਕੀਤ ਸਿੰਘ ਜੀ ਦੇ ਸੁਪਰ ਡੁਪਰ ਹਿੱਟ ਗੀਤ ਤੂਤਕ ਤੂਤਕ ਤੂਤੀਆਂ ਬਾਰੇ ਤੇ ਕਿਵੇਂ ਇਸ ਦੀ ਤਾੜਨਾ ਹੋਈ। ਐਕਚੁਅਲੀ ਜਦੋਂ ਆਪਣੇ ਕਾਲਜ ਵਿੱਚ ਭੰਗੜਾ ਪਾਉਂਦੇ ਸੀ, ਖਾਲਸਾ ਕਾਲਜ ਜਲੰਧਰ ਦੇ ਬੜੇ ਕਿੱਸੇ ਜੁੜੇ ਨੇ ਇਹਨਾਂ ਨਾਲ, ਤੇ ਉੱਥੇ ਭੰਗੜੇ ਜਦ ਬੋਲੀਆਂ ਪੈਂਦੀਆਂ ਸੀ ਤੇ ਢੋਲ ਨਾਲ ਇਹ ਗਾਉਂਦੇ ਸੀ ਤੂਤਕ ਤੂਤਕ। ਤੇ ਜਦ ਇੰਗਲੈਂਡ ਵਿੱਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਇਹ ਗੀਤ ਬਣਾਉਣਾ ਸੀ ਤਾਂ ਸੋਚਿਆ ਐਸੇ ਗੀਤ ਨਾਲ ਕਿਉਂ ਨਾ ਸ਼ੁਰੂ ਕਰਾਂ। ਪਰ ਇਸ ਦਾ ਜੋ ਮੀਨਿੰਗ ਹੈ, ਯਾਨੀ ਜੋ ਭਾਵ ਹੈ, ਉਹ ਬੜਾ ਰੋਮਾਂਟਿਕ ਹੈ। ਅੱਜ ਵਾਂਗ ਨਹੀਂ ਕਿ ਸਿੱਧਾ ਡੇਟ ਤੇ ਚਲੋ, ਪਿੱਜ਼ਾ ਖਾਈਏ ਨਾਲ, ਮਿੱਠੀਆਂ ਮਿੱਠੀਆਂ ਗੱਲਾਂ ਵਾਲਾ ਰੋਮਾਂਸ ਜਿੱਥੇ ਮਿੱਠੇ ਮਿੱਠੇ ਸ਼ਹਿਤੂਤ ਦਾ ਪੇੜ ਹੈ ਤੇ ਮੁੰਡਾ ਕੁੜੀ ਨੂੰ ਆਖਦਾ ਕਿ ਤੂੰ ਤੱਕ ਤੂਤੀਆਂ, ਯਾਨੀ ਕਿ ਸ਼ਹਿਤੂਤ ਨੂੰ, ਤੇ ਉਸੇ ਪੇੜ ਥੱਲੇ ਆ ਜਾ ਤੇ ਗੱਲਾਂ ਕਰੀਏ ਖੂਹ ਤੇ ਤਾਰੀਫ ਵੀ ਕੀਤੀ, ਤੇਰਾ ਮੱਥਾ ਬੜਾ ਸੋਹਣਾ, ਤੇਰਾ ਮੱਥਾ ਬੜਾ ਸੋਹਣਾ, ਸੋ ਕਿਊਟ। ਤੇ ਇਸੇ ਕਾਲਜ ਵਿੱਚ ਹੀ ਉਹ ਆਪਣਾ ਇੱਕ ਹੋਰ ਬੜਾ ਫੇਮਸ ਗੀਤ ਗਾਉਂਦੇ ਸੀ ਗੈਸਟ ਪਰਫੋਰਮੈਂਸ ਵਿੱਚ। ਜਦ ਉਹ ਹੁੰਦਾ ਨਾ ਕਿ ਫੈਸਟੀਵਲਸ ਵਿੱਚ ਜੱਜਸ ਹਲੇ ਜਜਮੈਂਟ ਪ੍ਰਿਪੇਅਰ ਕਰ ਰਹੇ ਹੁੰਦੇ ਨੇ ਤੇ ਗੈਸਟ ਪਰਫੋਰਮੈਂਸਿਸ ਹੁੰਦੀਆਂ ਨੇ, ਉਦੋਂ ਮਲਕੀਤ ਸਿੰਘ ਜੀ ਗਾਉਂਦੇ ਸੀ। ਗੈਸ ਕਰੋ ਕਿਹੜਾ ਗੀਤ? ਗੁੜ ਨਾਲ ਇਸ਼ਕ ਮਿੱਠਾ। ਓਹੋ, ਤੇ ਕਿਹਨੂੰ ਪਤਾ ਸੀ ਕਿ ਐਸੇ ਗਾਣੇ ਨੇ ਕਾਲਜ ਤੋਂ ਬਾਹਰ ਆਉਂਦੇ ਹੀ ਸਭ ਦੇ ਮੂੰਹ ਤੇ ਚੜ ਜਾਣਾ, ਇੰਨੇ ਹਿੱਟ ਨੇ। ਪਰ ਮਲਕੀਤ ਸਿੰਘ ਜੀ ਆਪਣੇ ਆਪ ਨੂੰ ਰੋਟੀ ਆਖਦੇ ਨੇ, ਉਹ ਵੀ ਦਾਲ ਰੋਟੀ। ਇਸ ਪਿੱਛੇ ਕੀ ਲੌਜਿਕ ਹੈ? ਇਹਨਾਂ ਗੀਤਾਂ ਤੋਂ ਬਾਅਦ ਸੁਣਦੇ ਰਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ। ਕੋਈ ਇੰਗਲੈਂਡ ਵਿੱਚ ਹੋਣੀ ਮੈਨੂੰ ਸਾਰੀਆਂ ਤੋਂ ਲੱਗਦੀ ਸੀ।
ਸਾਡਾ ਇਹ ਐਪੀਸੋਡ ਪਸੰਦ ਆਇਆ, ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ। ਸ਼ੀਸ਼ਾ ਤੱਕ ਦੀ ਅੱਖੀ ਪਾਵੇਂ ਤੂੰ ਕਜਲੇ ਦੀ ਤਾਰ, ਕਹਿੰਦਾ ਤੇਰਾ ਯਾਰ ਨੀ ਚਿੱਟੀਏ ਕਬੂਤਰੀਏ ਅਸਾਂ ਤੈਨੂੰ ਲੈ ਜਾਣਾ, ਚਿੱਟੀਏ ਕਬੂਤਰੀਏ ਹੋ ਬੱਲੇ ਬੱਲੇ। ਤੇਰੀਆਂ ਗੱਲਾਂ ਕਰਦੇ ਤੇਰੇ ਹੁਸਨ ਦੇ ਪੱਟੇ ਸਾਰੇ ਇੱਕ ਦੂਜੇ ਨਾਲ ਲੜਦੇ, ਮੋੜਾਂ ਤੇ ਖੜਦੇ ਨੀ ਚਿੱਟੀਏ ਕਬੂਤਰੀਏ ਅਸਾਂ ਤੈਨੂੰ ਲੈ ਜਾਣਾ, ਓ ਚਿੱਟੀਏ ਕਬੂਤਰੀਏ ਹੋ ਬੱਲੇ ਬੱਲੇ। ਸੇਰਾ ਬਨ ਕੇ ਹੱਥ ਚੁਪਾਰ ਤਲਵਾਰ, ਤੇਰੇ ਨਾਲ ਮੈਂ ਵਿਆਹ ਕਰਵਾਉਣਾ, ਲੈ ਕੇ ਲਾਵਾਂ ਚਾਰ, ਤੂੰ ਹੋ ਜਾ ਤਿਆਰ ਨੀ
ਚਿੱਟੀਏ ਕਬੂਤਰੀਏ ਲਾ ਤੈਨੂੰ ਲੈ ਜਾਣਾ ਹੋ ਚਿੱਟੀਏ ਕਬੂਤਰੀਏ ਗੁੱਸਾ ਨਹੀਂ ਕਰਨਾ ਕਈ ਵਾਰੀ ਵੱਧ ਕੱਟ ਬੋਲਿਆ ਵੀ ਪੈ ਜਾਂਦਾ ਏ ਜਰਨਾ ਐਦਾਂ ਨਹੀਂ ਸਰਨਾ ਨੀ ਚਿੱਟੀਏ ਕਬੂਤਰੀਏ ਅਸਾਂ ਤੈਨੂੰ ਲੈ ਜਾਣਾ ਅਸਾਂ ਤੈਨੂੰ ਲੈ ਜਾਣਾ ਬਣ ਕੇ ਕਬੂਤਰ ਚੀਨਾ ਨੀ ਚਿੱਟੀਏ ਕਬੂਤਰੀਏ ਅਸਾਂ ਤੈਨੂੰ ਲੈ ਜਾਣਾ ਉਹ ਚਿੱਟੀਏ ਕਬੂਤਰੀਏ ਆਪਾਂ ਗੱਲ ਕਰ ਰਹੇ ਸੀ ਕਿ ਮਲਕੀਤ ਸਿੰਘ ਜੀ ਆਪਣੇ ਆਪ ਨੂੰ ਦਾਲ ਰੋਟੀ ਨਾਲ ਕਿਉਂ ਕੰਪੇਅਰ ਕਰਦੇ ਨੇ। ਉਹ ਕਹਿੰਦੇ ਨੇ ਨਾ, ਬਦਲਾਵ ਹੀ ਇੱਕ ਚੀਜ਼ ਹੈ ਜੋ ਕਿ ਕਾਇਮ ਰਹਿੰਦੀ ਹੈ। ਹਰ ਚੀਜ਼ ਵਿੱਚ ਚੇਂਜਸ ਆਉਂਦੀਆਂ ਨੇ ਤੇ 뮤직 ਇੰਡਸਟਰੀ ਵੀ ਇਸ ਤੋਂ ਪਰਾ ਨਹੀਂ ਹੈ। ਇੰਨੇ ਟ੍ਰੈਂਡਸ ਆਏ ਤੇ ਗਏ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਕਿ ਐਵਰਗ੍ਰੀਨ ਰਹਿੰਦੀਆਂ ਨੇ। ਹੁਣ ਜੇ ਆਪਾਂ ਆਪਣੇ ਕੱਪੜਿਆਂ ਨੂੰ ਹੀ ਵੇਖੀਏ ਤੇ ਕਦੇ ਕੋਈ ਸਟਾਈਲ ਆਉਂਦਾ ਹੈ, ਕਦੇ ਕੋਈ, ਕਦੇ ਬੈਲ ਬੋਟਮ, ਕਦੇ ਟਾਈਟ ਫਿਟ, ਕਦੇ ਚਾਈਨੀਜ਼ ਕਾਲਰ, ਕਦੇ ਬੋਟਨੈਕ। ਬਟ ਜੋ ਗ੍ਰੇਸ ਇੱਕ 3-ਪੀਸ ਵਿੱਚ ਹੈ ਉਹ ਹਮੇਸ਼ਾ ਕਾਇਮ ਰਹਿੰਦੀ ਹੈ, ਯਾਨੀ ਐਵਰਗ੍ਰੀਨ। ਜਿਵੇਂ ਕਿ ਮਲਕੀਤ ਸਿੰਘ ਜੀ ਦਾ ਸਟਾਈਲ, ਬਾਲੀ ਸਾਗੂ ਤੇ ਹੋਰ ਆਰਟਿਸਟ ਨੇ ਕਈ ਰੀਮਿਕਸ ਬਣਾਏ, ਹਿੱਟ ਵੀ ਹੋਏ, ਪਰ ਓਰਿਜਿਨਲ ਨੂੰ ਲੋਕ ਫਿਰ ਵੀ ਪਸੰਦ ਕਰਦੇ ਨੇ। ਹੁਣ ਤੁਸੀਂ ਪਿਜ਼ਾ ਖਾ ਲਓ, ਚਾਈਨੀਜ਼ ਖਾ ਲਓ, ਬੈਸਟ ਬਰਗਰ ਖਾ ਲਓ, ਮੁੜ ਕੇ ਤਸੱਲੀ ਦਾਲ ਰੋਟੀ ਨਾਲ ਹੀ ਹੁੰਦੀ ਹੈ। ਉਸ ਦਾ ਸਵਾਦ ਵੱਖਰਾ ਹੀ ਹੈ ਸਭ ਤੋਂ, ਯਾਨੀ ਮਲਕੀਤ ਸਿੰਘ, ਯਾਨੀ ਮਲਕੀਤ ਸਿੰਘ। ਤੁਸਾਂ ਅੱਗੇ ਆਉਣ ਵਾਲੇ ਗੀਤ ਇੰਜੋਏ ਕਰੋ। ਮੁੜ ਕੇ ਗੱਲ ਕਰਾਂਗੇ ਇਹਨਾਂ ਦੇ ਹਾਲੀਵੁੱਡ ਕਰੀਅਰ ਦੇ ਸੁਪਰ ਹਿੱਟ ਗੀਤ ਜਿੰਦ ਮਾਹੀ ਬਾਰੇ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ।
ਡਰ ਗਈ ਸਾਰੇ ਉਹਨੂੰ ਭੈਣ ਹਿਮ ਮਾਲਣੀ ਦੀ ਭੈਣ ਸਾਰੇ ਉਹਨੂੰ ਭੈਣ ਹਿਮ ਮਾਲਣੀ ਦੀ ਭੈਣ ਜਿਹੜਾ ਟੱਕੇ ਉਹਨੂੰ ਵੇਖ ਠੰਡੇ ਹੋ ਕੇ ਭਰਦਾ ਵੀ ਕਹਿੰਦਾ ਭੰਗੜਾ ਪਾਉਣ ਨੂੰ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਜਦ ਤੁਸੀਂ ਵੀ ਸਾਨੂੰ ਕੁਝ ਕਹਿੰਦੇ ਹੋ। ਆਪਣਾ ਅਨਮੋਲ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਥੱਲੇ ਵਾਲੇ ਸੈਕਸ਼ਨ ਵਿੱਚ ਕਮੈਂਟ ਕਰੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਹਰ ਐਪੀਸੋਡ ਨੂੰ ਤੁਹਾਡੇ ਲਈ ਹੋਰ ਮਨੋਰੰਜਕ ਬਣਾਉਣ ਲਈ। ਤੋਰੇ
ਲਾਹੋ ਛੱਡ ਪੱਟ ਮੁਰਚਾਂ ਨੂੰ ਚੜਾਉਂਦਾ ਹੀਰਾ ਸਾਹਮਣੇ ਵੇਖੋ ਜੱਟ ਬੰਜਲੀ ਵਜਾਉਂਦਾ ਹੀਰਾ ਸਾਹਮਣੇ ਵੇਖੋ ਜੱਟ ਬੰਜਲੀ ਵਜਾਉਂਦਾ ਨੱਚ ਨੱਚ ਦਿਲ ਪਰ ਜਾਣਾ ਪੰਜਾਬੀ ਮੁੰਡਾ ਪਾਉ ਭੰਗੜਾ ਪੰਜਾਬੀ ਮੁੰਡਾ ਪਾਉ ਭੰਗੜਾ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਮਲਕੀਤ ਸਿੰਘ ਜੀ ਦੇ ਐਵਰਗ੍ਰੀਨ ਸਿੰਗਿੰਗ ਸਟਾਈਲ ਬਾਰੇ ਉਹਨਾਂ ਨੇ ਨਵੀਂ ਐਲਬਮਸ ਵਿੱਚ ਮਾਡਰਨ ਟ੍ਰੈਂਡਸ ਤੇ ਟੈਕਨੀਕਸ ਤਾਂ ਜ਼ਰੂਰ ਵਰਤੀਆਂ ਪਰ ਸਭ ਕੁਝ ਮਲਕੀਤ ਟੱਚ ਨਾਲ ਤੇ ਇੱਕ ਗੱਲ ਉਹਨਾਂ ਦੇ ਦਿਲ ਦੇ ਬੜੀ ਕਰੀਬ ਸੀ ਕਿ ਆਪਣੇ ਕਲਚਰ ਆਪਣੀ ਸੱਭਿਅਤਾ ਨੂੰ ਨਹੀਂ ਭੁੱਲਣਾ ਐਸੇ ਨੂੰ ਇੰਗਲੈਂਡ ਜਾ ਕੇ ਵੀ ਉਹਨਾਂ ਨੇ ਜ਼ਿੰਦਾ ਰੱਖਿਆ ਤਾਂ ਜੋ ਇਸ ਕਲਾ ਰਾਹੀਂ ਨਵੀਂ ਜਨਰੇਸ਼ਨ ਆਪਣੀਆਂ ਜੜ੍ਹਾਂ ਨਾਲ ਜੁੜੀ ਰਹੇ ਪੰਜਾਬੀ ਨਾਲ ਜੁੜੀ ਰਹੇ ਭਾਸ਼ਾ ਸਿੱਖੇ ਤੇ ਉਹਨਾਂ ਨੇ ਸ਼ੁਰੂਆਤ ਵੀ ਫੋਕ ਨਾਲ ਕੀਤੀ ਤੇ ਉਸੇ ਨਾਲ ਹਮੇਸ਼ਾ ਜੁੜੇ ਰਹੇ ਉਹਨਾਂ ਦੀ ਹਾਲੀਵੁੱਡ ਫਿਲਮ ਬੈਨਟ ਲਾਈਕ ਬੈਕਮ ਵਿੱਚ ਜਿਹੜਾ ਉਹਨਾਂ ਦਾ ਸੁਪਰਹਿੱਟ ਗੀਤ ਸੀ ਜਿੰਦ ਮਾਹੀ ਐਸੇ ਸੋਚ ਉੱਤੇ ਨਿਰਧਾਰਿਤ ਹੈ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੀ ਨਾ ਭੁੱਲੀ ਓਏ ਕਦੀ ਨਾ ਭੁੱਲੀ ਆਪਣਾ ਦੇਸ ਇਸ ਗਾਣੇ ਨੂੰ ਜਦੋਂ ਬਾਹਰ ਪਰਫਾਰਮ ਕਰਦੇ ਨੇ ਤਾਂ ਗੋਰੇ ਚਾਹੇ ਯੂਰੋਪੀਅਨਸ ਹੋਣ ਚਾਹੇ ਇਟਾਲੀਅਨ ਸਭ ਖੜਕੇ ਹੈਰਾਨੀ ਨਾਲ ਸੁਣਦੇ ਨੇ ਕਿ ਕਿਸੇ ਨੇ ਕਿਵੇਂ ਅਜਿਹੀ ਹੇਕ ਲਗਾਈ ਕਿਸੇ ਵੀ ਫੈਸਟੀਵਲ ਵਿੱਚ ਇਹਨਾਂ ਦੀ ਗਾਇਕੀ ਨਾਲ ਚਾਰ ਚੰਨ ਲੱਗ ਜਾਂਦੇ ਨੇ ਇਸ ਤੋਂ ਇਲਾਵਾ ਇਹ ਸਿਤਾਰੇ ਵੀ ਲਾਉਂਦੇ ਸੀ ਪਰ ਆਪਣੀ ਪੱਗ ਵਿੱਚ ਇਸ ਸਟਾਈਲ ਪਿੱਛੇ ਕੀ ਕਹਾਣੀ ਹੈ ਜਿੰਦ ਮਾਹੀ ਸੁਣਨ ਤੋਂ ਬਾਅਦ ਪੇਸ਼ ਹੈ ਉੱਤਮ ਸਿੰਘ ਜੀ ਦਾ ਨਿਰਦੇਸ਼ਿਤ ਮਲਕੀਤ ਸਿੰਘ ਜੀ ਦਾ ਗਾਇਆ ਜਿੰਦ ਮਾਹੀ Thank you.
ਮੈਂ ਉਮੀਦ ਕਰਨੀ ਆ ਤੁਸੀਂ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਦੇ ਇਸ ਐਪੀਸੋਡ ਨੂੰ ਇੰਜੋਏ ਕਰ ਰਹੇ ਹੋਗੇ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਇਸ ਐਪੀਸੋਡ ਨੂੰ ਸ਼ੇਅਰ ਕਰੋ। ਉਹ ਵੀ ਤਾਂ ਮਜ਼ੇ ਲੈਣ ਤੇ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਚਮਾਰਾ ਉੱਚੀਆਂ ਪੌੜੀਆਂ ਸਿੰਗਲ ਪਾਪਾ ਚੜ੍ਹਦੀ ਲੱਗ ਉਹਦਾ ਪਤਲਾ ਜਿਹਾ ਧਿਆਨ ਕਰਾਉਂਦੀ ਡਰਦੀ ਲੱਗ ਉਹਦਾ ਪਤਲਾ ਜਿਹਾ ਧਿਆਨ ਕਰਾਉਂਦੀ ਡਰਦੀ ਲੱਗ ਉਹਦਾ ਪਤਲਾ ਜਿਹਾ ਪਾਸੇ
ਕੜਾ ਚੁਕਾਉਂਦੇ ਆਉਂਦੀ ਜਾਂਦੀ ਨੂੰ ਕੜਾ ਚੁਕਾਉਂਦੇ ਮਗਰ ਮਾਰਦੇ ਗੋਡਾ ਲੱਕੇ ਉਹਦਾ ਪਤਲਾ ਜਿਹਾ ਭਾਰ ਸੈਣ ਨੇ ਜੋਗਾ ਲੱਕੇ ਉਹਦਾ ਪਤਲਾ ਜਿਹਾ ਭਾਰ ਸੈਣ ਨੇ ਜੋਗਾ ਲੱਕੇ ਉਹਦਾ ਪਤਲਾ ਜਿਹਾ ਭਾਰ ਸੈਣ ਨੇ ਜੋਗਾ ਲੱਕੇ ਉਹਦਾ ਪਤਲਾ ਜਿਹਾ ਬੋਲ 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 ਵੇ ਤੂੰ ਹੌਲੀ ਹੌਲੀ ਬੋਲ 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 ਵੇ ਤੂੰ ਹੌਲੀ ਹੌਲੀ ਬੋਲ ਮੇਰਾ ਦਿਲ ਧੜਕੇ ਅੱਜ ਨੱਚ ਲੱਗੀ ਲੜਿਆ ਹੋ ਪਾਪੋ ਦੇਨੇ ਅੱਖ ਪਛਾਣੀ ਬੇਲੀ ਬੇਰਿਓ ਪਾਪੋ ਦੇਨੇ ਅੱਖ ਪਛਾਣੀ ਲੈ ਪਣ ਤਾਂ ਕਰ ਬੜਿਆ ਮਿੱਤਰਾਂ ਨੂੰ ਫਿਕਰ ਪਿਆ ਵੈ ਜੈ ਕੌਰ ਦਾ ਤਰਿਆ ਨੀ ਮਿੱਤਰਾਂ ਨੂੰ ਫਿਕਰ ਪਿਆ ਹੋ ਵੈ ਜੈ ਕੌਰ ਦਾ ਤਰਿਆ ਮਿੱਤਰਾਂ ਨੂੰ ਫਿਕਰ ਪਿਆ ਵੈ ਜੈ ਕੌਰ ਦਾ ਤਰਿਆ ਮਿੱਤਰਾਂ ਨੂੰ ਫਿਕਰ ਪਿਆ ਸ਼ਾਬਾਨੀ ਗਿਰਦਾਰੀ ਲਾਲ ਬੱਲੇ ਨੀ ਗਿਰਦਾਰੀ ਲਾਲ ਸ਼ਾਬਾਨੀ
ਜਦ ਮੈਂ ਚੱਲੀ ਮੇਲੇ ਫਿਰ ਕੀ ਹੋਇਆ ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ ਸ਼ਾਬਾ ਨੀ ਗਿਰਧਾਰੀ ਲਾਲ ਜਦ ਮੈਂ ਚੱਲੀ ਸਲਮਾ ਵੇਖਣ ਫਿਰ ਕੀ ਹੋਇਆ ਤੇ ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ ਸ਼ਾਬਾ ਨੀ ਗਿਰਧਾਰੀ ਲਾਲ ਬੱਲੇ ਨੀ ਗਿਰਧਾਰੀ ਲਾਲ ਸ਼ਾਬਾ ਨੀ ਗਿਰਧਾਰੀ ਲਾਲ ਉਹ ਬੱਲੇ ਨੀ ਗਿਰਧਾਰੀ ਲਾਲ ਸ਼ਾਬਾ ਨੀ ਗਿਰਧਾਰੀ ਲਾਲ ਉਹ ਬੱਲੇ ਨੀ ਗਿਰਧਾਰੀ ਲਾਲ ਸ਼ਾਬਾ ਨੀ ਗਿਰਧਾਰੀ ਲਾਲ ਤੂੰ ਬਾ ਮੇਰੀ ਜਾਨ ਕੁੜੇ ਹਾਏ ਤੂੰ ਬਾ ਤੂੰ ਬਾ ਮੇਰੀ ਜਾਨ ਕੁੜੇ ਹਾਏ ਤੂੰ ਬਾ ਬੜਾ ਸ਼ੈਤਾਨ ਕੁੜੇ ਹਾਏ ਤੁੰਬਾ ਤੁੰਬਾ ਬੜਾ ਸ਼ੈਤਾਨ ਕੁੜੇ ਹਾਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਾਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ ਹਾਏ ਤੁੰਬਾ ਆਪਾਂ ਆਰਟਿਸਟ ਵੇਖਨੇ ਹਾਂ ਕਿ ਅੱਜ ਦਾੜੀ ਰੱਖੀ ਕੱਲ ਹਟਾਈ ਅੱਜ ਵਾਲ ਇੱਕ ਪਾਸੇ ਕੱਲ ਦੂਜੇ ਹਰ ਗਾਣੇ ਹਰ ਵੀਡੀਓ ਵਿੱਚ ਲੁੱਕ ਚੇਂਜ ਕਰਦੇ ਨੇ ਪਰ ਇਸ ਨਾਲ ਗੜਬੜ ਇਹ ਹੁੰਦੀ ਹੈ ਕਿ ਉਹ ਰਜਿਸਟਰ ਨਹੀਂ ਹੋ ਪਾਉਂਦੇ ਜਿੰਨੇ ਕਿ ਇੱਕ ਲੁੱਕ ਨਾਲ ਇੱਕ ਆਰਟਿਸਟ ਦੀ ਛਾਪ ਪੈ ਜਾਂਦੀ ਹੈ ਮਲਕੀਤ ਸਿੰਘ ਜੀ ਦੀ ਸ਼ੁਰੂ ਤੋਂ ਹੀ ਇੱਕ ਲੁੱਕ ਰਹੀ ਹੈ ਤੇ ਲੋਕਾਂ ਨੇ ਉਸ ਨਾਲ ਰਿਲੇਟ ਵੀ ਕੀਤਾ ਤੇ ਸੋਹਣੀ ਵੀ ਲੱਗੀ 80s ਵਿੱਚ ਉਹ ਆਪਣੀ ਪੱਗ ਵਿੱਚ ਸਿਤਾਰੇ ਲਾਉਂਦੇ ਸੀ ਇਸ ਪਿੱਛੇ ਕਾਰਨ ਸੀ ਇੰਗਲੈਂਡ ਦਾ ਮੌਸਮ ਮੌਸਮ ਹੈ ਨਾ ਇੰਟਰਸਟਿੰਗ ਟਵਿਸਟ ਐਕਚੁਅਲੀ ਇੰਗਲਿਸ਼ ਵੈਦਰ ਥੋੜਾ ਅਜੀਬ ਹੁੰਦਾ ਹੈ ਕਦੇ ਮੀਂਹ ਕਦੇ ਧੁੰਦ ਮਲਕੀਤ ਸਿੰਘ ਜੀ ਦਾ ਮਨ ਤਾਂ ਹੁੰਦਾ ਸੀ ਪੱਗ ਚੋਂ ਫਰਲੇ ਕੱਢ ਕੇ ਮੰਡੀ ਲਾ ਕੇ ਪਰਫਾਰਮ ਕਰਨ ਦਾ ਜਿਵੇਂ ਭੰਗੜੇ ਵਾਲੇ ਕਰਦੇ ਨੇ ਪਰ ਮੰਡੀ ਸੁਖਾਣੀ ਔਖੀ ਹੁੰਦੀ ਹੈ ਤੇ ਉਹਨਾਂ ਦੀ ਵਾਈਫ ਵਾਸਤੇ ਵੀ ਬੜਾ ਮੁਸ਼ਕਿਲ ਹੁੰਦਾ ਸੀ ਇਸ ਕਰਕੇ ਉਹ ਤਾਂ ਨਾ ਕਰ ਸਕੇ ਪਰ ਪੱਗ ਦੀ ਟੌਰ ਬਣਾਉਣ ਦਾ ਮਨ ਤਾਂ ਸੀ ਉਹਨਾਂ ਦਾ ਤੇ ਫਿਰ ਆਈਡੀਆ ਆਇਆ ਸਿਤਾਰੇ ਲਾਉਣ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਉਹਨਾਂ ਦਾ ਇਹ ਆਈਕੋਨਿਕ ਸਟਾਈਲ ਇਸੇ ਤਰ੍ਹਾਂ ਉਹਨਾਂ ਦੇ ਨਾਮ ਦੀ ਵੀ ਕਹਾਣੀ ਹੈ ਤੇ ਕਿਵੇਂ ਉਹਨਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਕਿੱਸਾ ਇਹਨਾਂ ਗੀਤਾਂ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ We'll be right back.
ਵੱਖਰੀ ਪਹਿਚਾਣ ਬਣਾਉਣ ਲਈ ਉਹਨਾਂ ਨੇ ਇੱਕ ਵੱਖਰੀ ਹੀ ਅਪਰੋਚ ਰੱਖੀ। ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ, ਉਸ ਵੇਲੇ ਡਿਊਟਸ ਦਾ ਬੜਾ ਟ੍ਰੈਂਡ ਸੀ। ਬਹੁਤ ਹਿੱਟ ਜੋੜੀਆਂ ਬਣਦੀਆਂ ਸੀ ਤੇ ਪਰਫਾਰਮ ਕਰਦੀਆਂ ਸਨ। ਉਹਨਾਂ ਨੂੰ ਪਸੰਦ ਵੀ ਸੀ ਇਹ ਟ੍ਰੈਂਡ, ਪਰ ਉਹਨਾਂ ਨੇ ਸੋਚਿਆ ਕੁਝ ਹਟ ਕੇ ਟਰਾਈ ਕਰਨਾ ਚਾਹੀਦਾ। ਕਾਲਜ ਵਿੱਚ ਵੀ ਉਹ ਸੋਲੋ ਗਾਉਂਦੇ ਸੀ ਤੇ ਬਾਅਦ ਵਿੱਚ ਵੀ ਇਹੀ ਕੀਤਾ। ਤੇ ਇੱਕ ਗੱਲ ਹੋਰ ਵੱਖਰੀ ਕੀਤੀ, ਉਸ ਵੇਲੇ ਸਿੰਗਰਸ ਆਪਣੇ ਨਾਮ ਨਾਲ ਪਿੰਡ ਦਾ ਨਾਮ ਜਾਂ ਆਪਣੀ ਕਾਸਟ ਵਗੈਰਾ ਜ਼ਰੂਰ ਲਾਉਂਦੇ ਸੀ। ਤੇ ਇਹਨਾਂ ਦੀ ਵੀ ਪਹਿਲੀ ਐਲਬਮ ਵਿੱਚ ਇਹਨਾਂ ਦੇ ਪਿੰਡ ਦਾ ਨਾਮ ਨਾਲ ਹੀ ਆਇਆ, ਯਾਨੀ ਮਲਕੀਤ ਸਿੰਘ ਹੁਸੈਨਪੁਰੀਆ। ਪਰ ਫਿਰ ਇਹਨਾਂ ਨੇ ਸੋਚਿਆ ਕਿ ਸਿੰਘ ਨੂੰ ਹੀ ਅੱਗੇ ਰੱਖੀਏ, ਸਿੱਖੀ ਨੂੰ ਵੱਧ ਮਾਨਿਆ ਤੇ ਨਾਮ ਮਲਕੀਤ ਸਿੰਘ ਚੱਲਦਾ ਰਿਹਾ ਤੇ ਚੱਲ ਰਿਹਾ ਹੈ। ਤਰੱਕੀ ਤੇ ਕਾਮਯਾਬੀ ਇਹਨਾਂ ਨੂੰ ਹਰ ਰੂਪ ਵਿੱਚ ਮਿਲੀ ਤੇ ਨਾਲ ਮਿਲਿਆ ਇੱਕ ਬਹੁਤ ਵੱਡਾ ਖਿਤਾਬ, MBE। ਕੀ ਖਾਸ ਹੈ ਇਸ ਖਿਤਾਬ ਵਿੱਚ, ਇਸ ਦੀ ਪੂਰੀ ਸਟੋਰੀ ਇਹਨਾਂ ਗੀਤਾਂ ਦੇ ਉਸ ਪਾਰ। ਸੁਣਦੇ ਰਹੋ, ਨਾਲ ਜੁੜੇ ਰਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਜਵਾਨ ਇਕੱਠੀਆਂ ਹੋਈਆਂ ਗਿੱਧੇ ਵਿੱਚ ਕੁੜੀਆਂ ਜਵਾਨ ਇਕੱਠੀਆਂ, ਇੱਕ ਦੂਜੀ ਨਾਲੋਂ ਵੱਧ ਕੇ ਨੇ ਉਸ ਨੱਕੀਆਂ, ਇੱਕ ਦੂਜੀ ਨਾਲੋਂ ਵੱਧ ਕੇ ਨੇ ਉਸ ਨੱਕੀਆਂ। ਇੱਕ ਮੇਲਣ ਸੀ ਆਈ ਪੈਗ ਪਿੰਡ ਚ ਦੁਹਾਈ, ਇੱਕ ਮੇਲਣ ਸੀ, ਇੱਕ ਮੇਲਣ ਸੀ ਆਈ ਪੈਗ ਪਿੰਡ ਚ ਦੁਹਾਈ, ਵਾਂਗ ਮੋਰਨੀ ਕਿਤੇ ਚ ਪਹਿਲਾਂ ਪਾਵੇ ਨੀ ਹੌਲੀ ਹੌਲੀ ਨੀ ਹੌਲੀ ਹੌਲੀ ਨੱਚ ਕੁੜੀ ਹੋ ਤੇਰਾ ਲੱਕ ਨਾ ਵਿਟਾਲੋ ਟੁੱਟ ਜਾਵੇ ਨੀ ਹੌਲੀ ਹੌਲੀ ਨੱਚ ਕੁੜੀ ਹੋ ਤੇਰਾ ਲੱਕ ਨਾ ਵਿਟਾਲੋ ਟੁੱਟ ਜਾਵੇ ਨੀ ਹੌਲੀ ਹੌਲੀ ਨੱਚ ਕੁੜੀਏ। ਜਦੋਂ ਮਾਰਦੀ ਮਰੋੜਾ ਕਰ ਜਾਵੇ ਉਹ ਸ਼ਰਾਬੀ ਕੁੜੀ ਮਾਲਵੇ ਦੀ ਉਹ ਸੂਟ ਪਾਇਆ ਜੀ ਦਿਨ
ਜਨਾਬੀ ਜਦੋਂ ਮਾਰਦੀ ਮਰੋੜਾ ਕਰ ਜਾਵੇ ਉਹ ਸ਼ਰਾਬੀ ਉਹ ਜਦੋਂ ਬੋਲੀ ਉਹ ਪਾਵੇ ਸਾਰੇ ਚੁੱਪ ਵਰਤਾਵੇ ਜਦੋਂ ਬੋਲੀ ਹੌਲੀ ਹੌਲੀ ਹੋ ਹੌਲੀ ਹੌਲੀ ਨੱਚ ਕੁੜੀ ਨੀ ਤੇਰਾ ਲੱਕ ਨਾ ਵਿਚਾਲੋ ਟੁੱਟ ਜਾਵੇ ਨੀ ਹੌਲੀ ਹੌਲੀ ਨੱਚ ਕੁੜੀ ਨੀ ਤੇਰਾ ਲੱਕ ਨਾ ਵਿਚਾਲੋ ਟੁੱਟ ਜਾਵੇ ਨੀ ਹੌਲੀ ਹੌਲੀ ਨੱਚ ਕੁੜੀਏ ਸਰੀਰ ਲੱਗੇ ਵੱਡੇ ਕਰ ਜਾਈ ਨੀ ਲੱਭ ਲੱਭ ਸੁਰਮੇ ਦੀ ਅੱਖੀਆਂ ਛੁਪਾਈ ਨੀ ਕੁੰਦਮਾ ਸਰੀਰ ਲੱਗੇ ਵੱਡੇ ਕਰ ਜਾਈ ਨੀ ਲੱਭ ਲੱਭ ਸੁਰਮੇ ਦੀ ਅੱਖੀਆਂ ਛੁਪਾਈ ਨੀ ਚੋਵੇ ਮੁੜ ਕਾਜੋ ਸੇਮ ਨੀ ਤੂੰ ਲੱਗੇ ਪੂਰੀ ਮੈਮ ਚੋਵੇ ਮੁੜ ਕਾਜੋ ਸੇਮ ਨੀ ਤੂੰ ਲੱਗੇ ਪੂਰੀ ਮੈਮ ਤੇਰੀ ਅੱਖ ਨਾ ਪਵਾੜਾ ਕੋਈ ਪਾਵੇ ਨੀ ਹੌਲੀ ਹੌਲੀ ਹੋ ਹੌਲੀ ਹੌਲੀ ਨੱਚ ਕੁੜੀ ਨੀ ਤੇਰਾ ਲੱਕ ਨਾ ਨੀ ਹੌਲੀ ਹੌਲੀ ਨੱਚ ਕੁੜੀ ਨੀ ਤੇਰਾ ਲੱਕ ਨਾ ਵਿਚਾਲੋ ਟੁੱਟ ਜਾਵੇ ਨੀ ਹੌਲੀ ਹੌਲੀ ਨੱਚ ਕੁੜੀਏ ਮੈਨੂੰ ਉਮੀਦ ਹੈ ਤੁਸੀਂ ਇਹ ਐਪੀਸੋਡ ਇੰਜੋਏ ਕੀਤਾ। ਵੀਕਐਂਡ ਕਲਾਸਿਕ ਰੇਡੀਓ ਸ਼ੋ ਹਰ ਸ਼ੁੱਕਰਵਾਰ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਤੇ ਰਿਲੀਜ਼ ਹੁੰਦਾ ਹੈ। ਪਲੀਜ਼ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹਰ ਹਫ਼ਤੇ ਮਿਲ ਸਕੀਏ।
हट पलाची कोको चाची एक कुड़ी दी चीज गुआची हट पलाची कोको चाची एक कुड़ी दी चीज गुआची अज लै लो ऐशावा कल लै लो ऐशावा अज लै लो कल लै लो फेर ना आखे मानू मासी हट पलाची कोको चाची एक कुड़ी दी चीज गुआची हट पलाची कोको चाची एक कुड़ी दी चीज गुआची हट पलाची कोको चाची एक कुड़ी दी चीज गुआची हट पलाची कोको चाची एक कुड़ी दी चीज गुआची तुसी सुन रहे हो वीकेंड क्लासिक रेडियो शो खुशबू दे नाल MBE दा खिताब जो मलकीत सिंह जी नू मिलिया ऐस बारे गल करदे होए ओ बड़े इमोशनल हो जांदे ने क्योंकि ब्रिटेन विच रहन वाले किसी भी बंदे लई ए खिताब बहुत वड्डा है मलकीत सिंह जिन्हां ने एक कदी सोचा ही नहीं सी कि उत्थे जा के सैटल होणगे उन्हां नू अपने कल्चर लई कम्यूनिटी लई ते अपने रीजन लई निरंतर काम करन ते योगदान देन लई ए खिताब मिलिया क्वीन एलिजाबेथ वल्लों नवाजिया गया MBE यानी मैंबर ऑफ ब्रिटिश एम्पायर मतलब एक तरह उन्हां दे घर दा मैंबर जिस नू उन्हां दे हर इवेंट हर पार्टी विच न्योता दिता जांदा है मलकीत सिंह जी पहले इंडियन सन जिन्हां नू ए खिताब मिलिया तुहानू पता है जदों उन्हां नू पहली वार इहदा लैटर आया उन्हां ने सोचा कोई मजाक कर रहा है ते बिल्कुल सीरियसली नहीं लिता पर उस तो बाद जब न्यू ईयर दे कोल अखबार विच इहदी पूरी लिस्ट आई उदों इन्हां नू यकीन होया ते जदों रिसीव करन गए उत्थे वी मलकीत सिंह जी ने अपनी पंजाबीयत दा मान रखिया ते अपनी ट्रेडिशनल पंजाबी ड्रेस विच ही गए दसदे ने कि खिताब दिंदे होए क्वीन एलिजाबेथ किसी नाल गल नहीं करदे ना ही हथ मिलाउंदे ने पर इन्हां नाल उन्हां ने गल भी कीती ड्रेस की तारीफ भी की हथ भी मिलाया फिर है ही पंजाबियों की शान वखरी
सुनते रहो वीकेंड क्लासिक रेडियो शो खुशबू दे नाल। Thank you.
ਤੇ ਦਰ ਤੋਂ ਲੰਘੀ ਤੂੰ ਕੱਲ ਕੁੜੀਏ ਨੀ ਲੱਗ ਲੱਗ ਨੀ ਲੱਗ ਟੁੜ ਉੱਠਣੋ ਆਏ ਨੀ ਲੱਗ ਟੁੜ ਉੱਠਣੋ ਬੱਲੇ ਨੀ ਲੱਗ ਟੁੜ ਉੱਠਣੋ ਸ਼ਾਵਾ ਨੀ ਲੱਗ ਟੁੜ ਉੱਠਣੋ ਹੋਏ ਹੋਏ ਨੀ ਲੱਗ ਟੁੜ ਉੱਠਣੋ ਵਰਗ ਨੀ ਲੱਗ ਟੁੜ ਉੱਠਣੋ ਲੁੱਟ ਲੈ ਨੀ ਲੱਗ ਟੁੜ ਉੱਠਣੋ ਪੱਟ ਲੈ ਨੀ ਲੱਗ ਟੁੜ ਉੱਠਣੋ ਬੱਲੇ ਨੀ ਲੱਗ ਟੁੜ ਉੱਠਣੋ ਲੁੱਟ ਲੈ ਨੀ ਲੱਗ ਟੁੜ ਉੱਠਣੋ ਸ਼ਾਵਾ ਨੀ ਲੱਗ ਟੁੜ ਉੱਠਣੋ ਪੱਟ ਲੈ ਨੀ ਲੱਗ ਟੁੜ ਉੱਠਣੋ ਬੱਲੇ ਨੀ ਲੱਗ ਟੁੜ ਉੱਠਣੋ ਸ਼ਾਵਾ ਨੀ ਲੱਗ ਟੁੜ ਉੱਠਣੋ ਗਹਿਣੀ ਤੁਣੋ ਤੁਣੋ ਲੁੱਟ ਲੈਣੀ ਤੁਣੋ ਤੁਣੋ ਪੱਟ ਲੈਣੀ ਮਲਕੀਤ ਸਿੰਘ ਜੀ ਨੇ ਹਰ ਕਦਮ ਆਪਣੇ ਸੱਭਿਆਚਾਰ ਆਪਣੇ ਕਲਚਰ ਨੂੰ ਅੱਗੇ ਰੱਖਦੇ ਹੋਏ ਲਿਆ ਅਤੇ ਬਾਹਰ ਦੇਸ਼ਾਂ ਵਿੱਚ ਇੱਥੋਂ ਦੇ ਵਸੇ ਲੋਕਾਂ ਨੇ ਹਮੇਸ਼ਾ ਉਹਨਾਂ ਨੂੰ ਬਹੁਤ ਮਾਣ ਅਤੇ ਪਿਆਰ ਦਿੱਤਾ ਅਤੇ ਹਰ ਜਨਰੇਸ਼ਨ ਨੇ ਇਹਨਾਂ ਦੇ ਗੀਤਾਂ ਨੂੰ ਸੁਣਿਆ ਅਤੇ ਖੂਬ ਪਸੰਦ ਕੀਤਾ ਹੈ।
ਅੱਜ ਵੀ ਇਹਨਾਂ ਦੇ ਐਵਰਗ੍ਰੀਨ ਗਾਣੇ ਸਾਨੂੰ ਜ਼ੁਬਾਨੀ ਯਾਦ ਨੇ। ਬਸ ਅੱਗੇ ਵੀ ਸੰਗੀਤ ਦੀ ਦੁਨੀਆਂ ਦੀ ਇਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਅਗਲੇ ਹਫ਼ਤੇ ਫੇਰ ਮਿਲਾਂਗੇ ਕਿਸੇ ਹੋਰ ਕਮਾਲ ਦੇ ਆਰਟਿਸਟ ਨਾਲ। ਤੁਸੀਂ ਸੁਣ ਰਹੇ ਸੀ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ, ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ।